ਜਿੱਥੇ ਤੁਹਾਡਾ ਮਨ ਖੁਸ਼ ਆ ਨਾ ਉੱਥੇ ਕਰ ਲਓ। ਨਹੀਂ ਨਹੀਂ ਕਰ ਲਓ, ਸਾਡੇ ਤੋਂ ਆਸ ਨਾ ਰੱਖਿਓ ਜੇ ਕਦੇ ਜ਼ਿੰਦਗੀ ਵਿੱਚ ਵੀ ਅਸੀਂ ਵੀ ਕਿਤੇ ਤੁਹਾਡੇ ਕੰਮ ਆ ਸਕਦੇ। ਤੁਸੀਂ ਲੀਡਰ ਬੰਦੇ ਹੋ, ਪਰ ਹੁਣ ਅਸੀਂ ਤਾਂ ਹਰੀ ਕੇ ਛੱਡ ਕੇ ਡੱਕਦਾ ਹੀ ਨਹੀਂ, 30 ਸਾਲ ਹੋ ਗਏ ਹੁਕਮ ਮੈਨੂੰ। ਇਹ ਵੀ ਤੁਹਾਡੇ ਤੁਹਾਡੇ ਧੱਕੇ ਚਾਹੀਏ ਆ, ਡੈਮੋਕ੍ਰੇਸੀ ਦਾ ਤੁਸੀਂ ਕਤਲ ਕਰਦੇ ਹੋ ਸਾਨੂੰ। ਤੁਸੀਂ ਮਤਲਬ ਆਪਣਾ ਸ਼ਾਂਤਮਈ ਢੰਗ ਨਾਲ ਵੀ ਜਿਹੜਾ ਉਹ ਆਪਣੀ ਗੱਲ ਨਹੀਂ ਕਰਨੀ, ਇਹਦਾ ਮਤਲਬ ਇਹੀ ਆ ਨਾ, ਫੋਰਸਿਬਲ ਹੀ ਡੱਕਦੇ ਹੋ ਨਾ, ਇਹ ਠੀਕ ਨਹੀਂ। ਹਾਂ ਦੱਸੋ ਤੁਸੀਂ, ਮਤਲਬ ਅਸੀਂ ਅਸੀਂ ਆਉਂਦੇ ਸਾਡੇ ਗੱਡੀ ਦੀ ਤਲਾਸ਼ੀ ਲਾਓ, ਕੋਈ ਸਾਡੇ ਕੋਲ ਵੈਪਨ ਹੈ? ਤਲਾਸ਼ੀ ਲੈਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਵਾ, ਮੇਰਾ ਮਤਲਬ ਕੋਈ ਵੈਪਨ ਨਹੀਂ, ਤਲਾਸ਼ੀ ਤਾਂ ਅਸੀਂ ਲੈਣੀ ਕਿਉਂ ਭਰਾ ਦੀ ਤਲਾਸ਼ੀ? ਨਹੀਂ ਨਹੀਂ ਲੈ ਲਓ, ਮੈਂ ਤੈਨੂੰ ਡੱਕਿਆ। ਮਿਨਿਸਟਰੀ ਸਾਹਿਬ ਤੁਸੀਂ ਬਹੁਤ ਉਹ ਚੁੱਕਦੇ ਤੇ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਡੱਕ ਸਕਦਾ ਜੀ ਤਲਾਸ਼ੀ ਦੇਣ? ਬਿਲਕੁਲ ਬਿਲਕੁਲ, ਅਸੀਂ ਲੈਣੀ ਕਿਉਂ? ਤੁਹਾਡੇ ਜਵਾਨ ਵੀ ਜਿਹੜਾ ਇੱਕ ਵਰਦੀ ਸਾਡੀ ਜਵਾਨ ਆ, ਮੈਂ ਤੇ ਉਹਦੀ ਕਦਰ ਕਰਦਾ। ਜੋ ਆਪਣਾ ਜੇ ਸਾਨੂੰ ਕੋਈ 100% ਦਾ ਹੁਕਮ ਆਉਂਦਾ ਤੇ ਅਸੀਂ 80% ਹੀ ਕਹਿਣਾ ਤਾਂ 100 ਹੀ ਕਰੋ, ਪਰ ਮੈਨੂੰ ਮੇਰੇ ਵਾਰੰਟ ਵਿਖਾਓ। ਅਸੀਂ ਤੁਹਾਨੂੰ ਅਰੈਸਟ ਤੇ ਕਰ ਹੀ ਨਹੀਂ ਰਹੇ। ਨਹੀਂ ਨਹੀਂ ਤਾਂ ਆਹ ਕੀ ਆ ਜੀ, ਆਹ ਕੀ ਹੋ ਰਿਹਾ, ਇਹ ਕੀ ਬੰਦਾ ਰਾਹ ਰੋਕ ਰਹੇ? ਆਹ ਫੰਡਾਮੈਂਟਲ ਰਾਈਟ ਦੀ ਬਸ ਗੱਲ ਇਹ ਆ ਵੀ ਉਹ ਤੋਂ ਹੁਕਮ ਹੈ। ਨਹੀਂ ਮੈਨੂੰ ਤੁਸੀਂ ਮੇਰੇ ਵਾਰੰਟ ਵਿਖਾ ਦਿਓ, ਮੈਨੂੰ ਗ੍ਰਿਫਤਾਰ ਕਰ ਲਓ, ਨਹੀਂ ਤੇ ਆਪਣੀਆਂ ਗੱਡੀਆਂ ਪਾਸ ਕਰ ਲਓ। ਦੋ ਜੋ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਕਰਦੇ ਪਏ, ਦੇਖੋ ਉਹਦੇ ਨਾਲ ਕੋਈ ਫਾਇਦਾ ਨਹੀਂ ਆ, ਠੀਕ ਨਹੀਂ ਇਸ ਗੱਲ? ਤੁਸੀਂ ਵਾਰੰਟ ਲਾਇਓ, ਇੱਕ ਮਿੰਟ ਮੈਨੂੰ ਇੱਥੇ ਡੱਕ ਕੇ ਵਾਰੰਟ ਲਾਇਆ। ਅਸੀਂ ਗੱਲ ਕਰਨ ਦੇ ਆ ਵੀ ਤੁਹਾਨੂੰ ਪੱਟੀ ਮੋੜ ਤੱਕ ਹੀ ਲੈ ਜਾਂਦੇ ਆ। ਕਿਉਂ? ਮਤਲਬ ਮੈਂ, ਮੇਰੀ ਗਾਰਡ ਲੱਗੀ ਆ, ਮੈਂ ਕਿਉਂ ਪੱਟੀ ਮੋੜ ਤੱਕ ਤੁਹਾਡੇ ਨਾਲ ਜਾਵਾਂ, ਲੋਕਾਂ ਤੋਂ ਇਹ ਖਵਾਵਾਂ ਵੀ ਮਤਲਬ ਇਹ ਆਪਣਾ ਇਹ ਉਹਨਾਂ ਨਾਲ ਰਲ ਕੇ ਗਿਆ, ਮੈਂ ਕਿਉਂ ਖਵਾਵਾਂ? ਰਾਤ ਦੀ ਗੱਲ ਹੋਣ ਡਈ ਹੈ ਤੇ ਠੀਕ ਹੈ ਕਿ ਨਹੀਂ? ਨਹੀਂ ਨਹੀਂ, ਮੈਂ ਕਹਿੰਦੇ ਮੈਂ ਨਹੀਂ ਧਰਨਾ ਪੱਟੀ ਮੋੜ ਤੱਕ, ਤੁਸੀਂ ਮੈਨੂੰ ਇੱਥੋਂ ਫੜ ਲਓ, ਦਿਓ ਮੇਰੇ ਵਾਰੰਟ ਫੜੋ। ਜੇ ਮੇਰੇ ਵਾਰੰਟ ਨਹੀਂ ਮੈਨੂੰ ਜਾਣ, ਵਾਰੰਟ ਆ ਮੈਨੂੰ ਗ੍ਰਿਫਤਾਰ ਕਰ। ਦੋ ਕਹਾਣੀਆਂ, ਮੈਂ ਪੜ੍ਹਿਆ ਲਿਖਿਆ ਬੰਦਾ, ਵਾਰੰਟ ਦਾ ਅਰੈਸਟ ਦਾ ਜੋ ਕਾਂਡ ਸੀ ਵਾਰੰਟ ਹੀ ਚਲੋ ਲਾਓ ਗੱਡੀ।